और बड़ा दुख होया कि साढ़े तो एक व्यक्ति चला गया, बड़े नौजवान व्यक्ति, बड़ा अच्छा सीगा, बड़े अच्छे तरीके नाल मिलया करता सीगा। पर परमात्मा का हुक्म है, आज हॉस्पिटल दे विच काफ़ी जनता पुजे, जिसके करके असी भी एक अवेयरनैस करते हैं कि भी किस तरीके नाल ये सिस्टमैटिकली होना चाहिए। और बड़े अच्छे तरीके नाल जो तहकीकात की पुलिस ने भी, सारे ने, पुलिस ने अते डॉक्टर साहब ने मिल के उन्होंने जिथे जिथे उन्हें इंजरियां लगिया और दसिया सारा, मेरे ख्याल डेड बॉडी घर भेजी है। तो उन्होंने बच्ची सी नाल, बच्ची जो बच गई है, उन्होंने कितनिया नहीं लिया सकता, पर यह कोई ज़्यादा सटा लग गई है, जिस करके मेरे ख्याल मनजीत सिंह जो सर साढ़े को चले गए हैं। फिर एक बार अस अपने दुख चेता हैं कि साढ़े को जो नौजवान चला गया। शुक्रिया। क्या एज क्या रही होगी? थैंक यू सर। Right.
ਪੁਲਿਸ ਦੇ ਨਾਲ ਰਲ ਕੇ ਸਾਰਾ ਉਹ ਸਿਸਟਮ ਕੀਤਾ ਗਿਆ ਜੋ ਉਹਨਾਂ ਦੀ ਜਿਹੜੀਆਂ ਸਾਜੋ ਤਰੀਕਾਕਾਰ ਸੀਗਾ ਕਰਕੇ ਔਰ ਬੜਾ ਦੁੱਖ ਹੋਇਆ ਕਿ ਸਾਡੇ ਤੋਂ ਇੱਕ ਵਿਅਕਤੀ ਚਲਾ ਗਿਆ ਆਪਣੇ ਨੌਜਵਾਨ ਵਿਅਕਤੀ ਬੜਾ ਅੱਛਾ ਸੀਗਾ ਬੜੀ ਅੱਛੇ ਤਰੀਕੇ ਨਾਲ ਮਿਲਿਆ ਕਰਦਾ ਸੀਗਾ ਪਰ ਪਰਮਾਤਮਾ ਦਾ ਹੁਕਮ ਹੈ ਅੱਜ ਹਸਪੀਟਲ ਦੇ ਵਿੱਚ ਕਾਫੀ ਜਨਤਾ ਪੁੱਜੇ ਜਿਸਦੇ ਕਰਕੇ ਅਸੀਂ ਵੀ ਇੱਕ ਅਵੇਅਰਨੈਸ ਕਰਦੇ ਹਾਂ ਕਿ ਵੀ ਕਿਸ ਤਰੀਕੇ ਨਾਲ ਇਹ ਸਿਸਟਮੈਟਿਕਲੀ ਹੋਣਾ ਚਾਹੀਦਾ ਹੈ ਔਰ ਬੜੇ ਅੱਛੇ ਤਰੀਕੇ ਨਾਲ ਜੋ ਤਹਿਕੀਕਾਤ ਕੀਤੀ ਪੁਲਿਸ ਨੇ ਵੀ ਸਾਰਿਆਂ ਨੇ ਪੁਲਿਸ ਨੇ ਅਤੇ ਡਾਕਟਰ ਸਾਹਿਬ ਨੇ ਮਿਲ ਕੇ ਉਹਨਾਂ ਦੀ ਜਿੱਥੇ ਜਿੱਥੇ ਉਹਨੇ ਜਿਹੜੀਆਂ ਲਾਈਆਂ ਉਹ ਦੱਸਿਆ ਸਾਰਾ ਮੇਰੇ ਕਹਿੰਦਾ ਡੈਡ ਬਾਡੀ ਘਰ ਭੇਜੀ ਹੈ ਤੋ ਉਹਨਾਂ ਦੀ ਬੱਚੀ ਸੀ ਨਾਲ ਬੱਚੀ ਜੋ ਬਚ ਗਈ ਹੈ ਉਹਨੂੰ ਕਿਤਰੀਆਂ ਨਹੀਂ ਲਈਆਂ ਸਕਾਂ ਪਰ ਇਹ ਕੋਈ ਜ਼ਿਆਦਾ ਸਟਾਂ ਲੱਗ ਗਈਆਂ ਜਿਸ ਕਰਕੇ ਮੇਰੇ ਖਿਆਲ ਮਨਜੀਤ ਸਿੰਘ ਜੋ ਸਾਡੇ ਕੋਲ ਚਲੇ ਗਏ ਹਨ ਅਤੇ ਫਿਰ ਇੱਕ ਵਾਰ ਅਸੀਂ ਆਪਣੇ ਨੂੰ ਦੁੱਖ ਚਿਤਾਉਂਦੇ ਹਾਂ ਕਿ ਸਾਡੇ ਕੋਲ ਜੋ ਨੌਜਵਾਨ ਚਲਾ ਗਿਆ ਕਿਆ ਕਿਆ ਏਜ ਕਿਆ ਰਹੀ ਹੋਗੀ